ਜਿਹੜੀ ਅੱਜ ਦਾ ਇਕੱਠ ਹੋਇਆ ਹੈ ਨਾ ਅੱਜ ਅਸੀਂ ਪਹਿਲੇ ਦਿਨ ਇਲਾਕੇ ਨੇ ਇਕੱਠੇ ਹੋ ਕੇ ਇੱਕ ਵਾਤਾਵਰਣ ਬਚਾਓ ਸੰਘਰਸ਼ ਕਮੇਟੀ ਇੱਥੇ ਜਿਹੜੀ ਹੈ ਉਹਦਾ ਇਕੱਠ ਕੀਤਾ ਜਿਦੇ ਵਿੱਚ ਸੈਂਕੜਿਆਂ ਦੀ ਤਦਾਦ ਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਬਹੁਤ ਹੀ ਪੰਚ ਸਰਪੰਚ ਲੰਬੜਦਾਰ ਮੋਤਵਰ ਵਿਅਕਤੀ ਸ਼ਾਮਲ ਹੋਏ ਨੇ ਔਰ ਸਾਰਿਆਂ ਦਾ ਇਹੀ ਵਿਚਾਰ ਸਾਰਿਆਂ ਦੇ ਨਾਲ ਸਾਂਝੇ ਕੀਤੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡੇ ਲੈਵਲ ਤੇ ਸੰਘਰਸ਼ ਵੜਣਾ ਜਿਦੇ ਵਿੱਚ ਸਾਡਾ ਲੀਗਲ ਵੀ ਸੰਘਰਸ਼ ਹੋਊਗਾ ਔਰ ਲੋਕਾਂ ਦਾ ਜਿਹੜਾ ਜਨ ਸ਼ਕਤੀ ਦਾ ਸੰਘਰਸ਼ ਉਹ ਵੀ ਹੋਵੇਗਾ 8 ਤਰੀਕ ਨੂੰ ਐਸ ਡੀ ਐਮ ਦਾ ਅਫਸਰ ਗੜਸ਼ੰਕਰ ਦੇ ਵਿੱਚ ਇਸੇ ਤਰ੍ਹਾਂ ਸਾਰੇ ਲੋਕਾਂ ਨੇ ਆਪਣੇ ਨਾਲ ਲੈ ਕੇ ਸੰਗਤ ਨੂੰ ਪਹੁੰਚਣਾ ਹੈ ਅਗਰ ਉਸ ਦਿਨ ਸਾਡਾ ਮਸਲਾ ਹੱਲ ਨਹੀਂ ਹੁੰਦਾ ਤਾਂ ਅਸੀਂ ਇਸ ਸਥਾਨ ਦੇ ਉੱਤੇ ਜਿਹੜੀ ਅੰਬੂਜਾ ਸੀਮੈਂਟ ਫੈਕਟਰੀ ਦਾ ਨਵਾਂ ਪਲਾਂਟ ਲੱਗ ਰਿਹਾ ਪਿੰਡ ਨਰਿਆਲਾ 'ਚ ਉਹ ਸਾਰੇ ਕਾਨੂੰਨ ਛਿੱਕੇ ਟੰਗ ਕੇ ਜਿਹਦੇ ਵਿੱਚ ਜਿਹੜੀ ਜ਼ਮੀਨ ਖੇਤੀਬਾੜੀ ਵਾਲੀ ਆ ਪੁਜਾਊ ਜ਼ਮੀਨ ਜਿੱਥੇ ਆਲੂ ਹੁੰਦੇ ਸਨ ਉਹਦੀ ਜਗ੍ਹਾ ਫੈਕਟਰੀ ਨਹੀਂ ਲੱਗਣ ਦੇਵਾਂਗੇ ਔਰ ਜਿਹੜੀ ਪਬਲਿਕ ਹੀアリング ਬੁਕਸ ਕੀਤੀ ਗਈ ਆ ਮਿਤੀ 19 ਜਨਵਰੀ ਨੂੰ ਉਹ ਦੁਬਾਰਾ ਕਰਵਾਵਾਂਗੇ ਉਹਨੂੰ ਰੱਦ ਕਰਵਾ ਕੇ ਇਹ ਸਾਡੀ ਅੱਜ ਦੀ ਮੰਗ ਹੈ ਜੇ ਸਾਡੀਆਂ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ ਤਾਂ ਹੋ ਸਕਦਾ ਅਸੀਂ ਸਾਰੀਆਂ ਜਥੇਬੰਦੀਆਂ ਦੇ ਨਾਲ ਤਾਲਮੇਲ ਕਰਕੇ ਇੱਕ ਪੱਕਾ ਮੋਰਚਾ ਜਿਹੜਾ ਦਿੱਲੀ ਵਰਗਾ ਮੋਰਚਾ ਉਹ ਪਿੰਡ ਨਿਆੜਾ ਦੇ ਵਿੱਚ ਇਹ ਸਾਡੇ ਜਿਹੜੇ ਨੌਜਵਾਨ ਵੀਰ ਹੈ ਇਹਨਾਂ ਦੇ ਨਾਲ ਲੈ ਕੇ ਅਸੀਂ ਲਾਵਾਂਗੇ ਤਾਂ ਕਿ ਇਹ ਇਲਾਕੇ ਦੇ ਵਿੱਚ ਜਿਹੜੀ ਪਹਿਲਾਂ ਹੀ ਪੋਲੂਸ਼ਨ ਬਹੁਤ ਐ ਪੇਪਰ ਮਿਲਦਾ ਹੋਰ ਨਾ ਵਧਣ ਦਈਏ ਤੇ ਸਾਰਾ ਇਲਾਕਾ ਜਿਹੜਾ ਉਹ ਸੁਖੀ ਬਸੇ ਤਾਂ ਕਿ ਅਸੀਂ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨ ਐ ਸਾਡੀਆਂ ਨਸਲਾਂ ਆ ਉਹਨਾਂ ਨੂੰ ਕੋਈ ਆਪਣਾ ਮੂੰਹ ਦਿਖਾਉਣ ਜੋਗੇ ਰਹੀਏ ਇਹੀ ਕੋਈ ਆ ਕਿ ਨਰਾਲਾ ਵਿੱਚ ਇੱਕ ਸੀਮੈਂਟ ਫੈਕਟਰੀ ਲੱਗਣ ਜਾ ਰਹੀ ਆ ਅਪਜਾਊ ਜ਼ਮੀਨ ਤੇ ਉਹਦਾ ਅਸੀਂ ਵਿਰੋਧ ਕਰਦੇ ਆ ਤੇ ਇਸ ਇਲਾਕੇ ਦੇ ਸਾਰੇ ਪਿੰਡਾਂ ਦੇ ਸਾਰੇ ਲੋਕ ਇਕਜੁੱਟ ਆ ਇਹ ਸੰਗਰਾਸ਼ ਅੱਜ ਤੋਂ ਨਹੀਂ 2-4 ਦਿਨ ਪਹਿਲਾਂ ਤੋਂ ਚਾਲੂ ਹੋ ਗਿਆ ਅਸੀਂ ਆਪਣੇ ਮੰਗ ਪੱਤਰ ਵਗੈਰਾ ਸਾਰੀ ਜਗ੍ਹਾ ਦੇ ਦਿੱਤੇ ਆ ਅਸੀਂ ਮੁੱਖ ਮੰਤਰੀ ਤੱਕ ਵੀ ਪਹੁੰਚ ਕਰਾਂਗੇ ਔਰ ਇਸ ਇਲਾਕੇ 'ਚ ਬਿਲਕੁਲ ਇਹ ਸੀਮੈਂਟ ਫੈਕਟਰੀ ਨਹੀਂ ਲਗਣ ਦੇਾਂਗੇ ਸਰ ਕਿੰਨੇ ਪਹਿਲੇ ਰਾਉਂਡ ਵੈਸੇ ਤਾਂ ਇਹ ਫੈਕਟਰੀ ਬਾਰੇ ਪੂਰੀ ਜਾਣਕਾਰੀ ਅਸੀਂ ਲਈ ਆ ਕਿ 10-10 ਕਿਲੋਮੀਟਰ ਤੱਕ ਰਾਉਂਡ ਇਹ ਨੁਕਸਾਨ ਕਰਦੀ ਆ ਪਰ ਇਹਦੇ 'ਚ ਇਸ ਵੇਲੇ 30-40 ਪਿੰਡ ਦਾ ਬਿਲਕੁਲ ਇਹਦੇ ਨੇੜੇ ਆ ਕਿਉਂਕਿ ਸਾਡੀ ਆਬਾਦੀ ਬਹੁਤ ਸੰਘਣੀ ਆ ਦੁਆਬੇ ਦੀ ਆਬਾਦੀ ਜਿਹੜੀ ਜੀ ਬਹੁਤ ਸੰਘਣੀ ਆ ਇਸ ਕਰਕੇ ਪਿੰਡਾਂ ਦੇ ਬਿਲਕੁਲ ਟੱਚ ਹੋ ਕੇ ਫੈਕਟਰੀ ਲੱਗ ਰਹੀ ਆ ਇਹ ਫੈਕਟਰੀ ਜਿਹੜੀ ਜੰਗਲਾਂਾਂ ਚ ਕਿਤੇ ਪਹਾੜਾਂ ਚ ਲੱਗਣੀ ਸੀ ਉਹ ਸਾਡੀ ਸੰਘਣੀ ਆਬਾਦੀ ਚ ਲੱਗ ਰਹੀ ਆ ਇਸ ਕਰਕੇ ਇਹਦਾ ਵਿਰੋਧ ਆ ਜੀ 200 ਮੀਟਰ ਦੂਰ ਹੈ ਇਹ ਇਹਦਾ ਪੂਰੀ ਅਗਲੀ ਜਨਰੇਸ਼ਨ ਨੂੰ ਹੁਣ ਦੇ ਲੋਕਾਂ ਨੂੰ ਇਹਦੀ ਧੂੜ ਤੋਂ ਇਹਦੀ ਮਿੱਟੀ ਤੋਂ ਇਹਦੇ ਕੈਮੀਕਲਾਂ ਤੋਂ ਬਹੁਤ ਵੱਡਾ ਨੁਕਸਾਨ ਹੈ ਸਾਡਾ ਇਲਾਕਾ ਪਹਿਲਾਂ ਹੀ ਪਹਿਲੀ ਮਿਲ ਤੋਂ ਬਹੁਤ ਪਰੇਸ਼ਾਨ ਹੈ ਉਹਦੇ ਨਾਲ ਬਿਮਾਰੀਆਂ ਪਹਿਲਾਂ ਹੀ ਲੱਗ ਚੁੱਕੀਆਂ ਸਾਡਾ ਪਾਣੀ ਦੂਸ਼ਿਤ ਹੋ ਚੁੱਕਾ ਇਹਨੇ ਹਵਾ ਨਹੀਂ ਹਵਾ ਤੋਂ ਜ਼ਿਆਦਾ ਬਾਧੂ ਕੰਮ ਕੇ ਘਰਾਂ ਦੇ ਅੰਦਰ ਵੀ ਇਹਦਾ ਪੋਲੂਸ਼ਨ ਪਹੁੰਚਦਾ ਹੈ ਇਹਨਾਂ ਫੈਕਟਰੀਆਂ ਦੇ ਪਾਊਡਰ ਜਿਹੜੇ ਜੋ ਸਾਡੇ ਇਲਾਕੇ ਦੇ ਵਿੱਚ ਸੀਮੈਂਟ ਦੀ ਫੈਕਟਰੀ ਲੱਗਣ ਜਾ ਰਹੀ ਹੈ ਉਹਦੇ ਸਬੰਧ ਵਿੱਚ ਇਹ ਇਕੱਠ ਹੋਇਆ ਕਿਉਂਕਿ ਸਾਡਾ ਇਲਾਕਾ ਪਹਿਲਾਂ ਹੀ ਜੋ ਪੇਪਰ ਮਿਲ ਚੱਲ ਰਹੀ ਹੈ ਉਹਦੇ ਨਾਲ ਸਾਰਾ ਇਲਾਕਾ ਕਾਲੇ ਪੀਲੇ ਦਾ ਕੈਂਸਰ ਦਾ ਮਰੀਜ਼ ਬਣਿਆ ਹੋਇਆ ਹੈ ਤੇ ਜਿਸ ਪਿੰਡ ਦੇ ਵਿੱਚ ਅੱਜ ਨਰਿਆਲੇ ਦੇ ਵਿੱਚ ਮੀਟਿੰਗ ਤੇ ਇਸ ਪਿੰਡ ਦੇ ਵਿੱਚ ਕਾਫੀ ਬੱਚੇ ਜਿਹੜੇ ਹੈਗੇ ਆ ਉਹ ਪਾਹਜ ਵੀ ਪੈਦਾ ਹੋਏ ਬਹੁਤ ਨੁਕਸਾਨ ਸਾਡੇ ਦਾ ਸਾਡਾ ਇਲਾਕਾ ਘਰਕ ਚੁੱਕਿਆ ਤੇ ਜੇ ਕਿਤੇ ਇਹ ਫੈਕਟਰੀ ਵੀ ਲੱਗ ਜਾਂਦੀ ਹੈ ਫੇ ਤਾਂ ਰਹਿਣਾ ਇੱਕ ਅੱਖ ਨਹੀਂ ਸਭ ਕੁਝ ਉਜੜ ਜਾਵੇਗਾ ਜਿਹੜੇ ਅਮੀਰ ਲੋਕ ਆ ਪੈਸੇ ਵਾਲੇ ਲੋਕ ਆ ਉਹ ਤਾਂ ਬਾਹਰੋਂ ਪਾਣੀ ਮਹਗਾ ਮਹਗਾ ਕੇ ਪੀ ਰਹੇ ਐ ਪਰ ਸਾਡੇ ਜਿਹੜੇ ਗਰੀਬ ਜਨਤਾ ਆ ਉਹ ਸਾਰੀ ਉਜੜ ਗਈ ਇੱਥੋਂ ਦਾ ਜਿਹੜਾ ਪਾਣੀ ਵੀ ਖਰਾਬ ਆ ਵਾਤਾਵਰਨ ਵੀ ਖਰਾਬ ਐ ਉਹਦੇ ਸਬੰਧ ਵਿੱਚ ਆਪਾਂ ਇਕੱਠੇ ਹੋਏ ਹਾਂ ਕਿ ਜਿਹੜੀ ਇਹ ਫੈਕਟਰੀ ਲੱਗਣ ਜਾ ਰਹੀ ਹੈ ਇਹ ਫੈਕਟਰੀ ਕਿਸੇ ਵੀ ਕੀਮਤ ਤੇ ਨਹੀਂ ਲੱਗਣ ਦੇਵਾਂਗੇ